ਕੀ ਤੁਸੀਂ ਜਾਣਦੇ ਹੋ ਕਿ ਭਾਰਤ ਵਿੱਚ ਤਾਜ ਮਹਿਲ ਇੱਕ ਨਹੀਂ ਦੋ ਹਨ? ਇੱਕ ਤਾਂ ਹੈ ਆਗਰਾ ਦਾ ਤਾਜ ਮਹਿਲ ਅਤੇ ਦੂਸਰਾ ਹੈ ਜਿਸ ਨੂੰ ਸਾਊਥ ਇੰਡੀਆ ਦਾ ਤਾਜ ਮਹਿਲ ਕਿਹਾ ਜਾਂਦਾ ਹੈ। ਇਹ ਵੀ ਪਿਆਰ ਦੀ ਹੀ ਨਿਸ਼ਾਨੀ ਹੈ ਜੋ ਮੁਗਲ ਬਾਦਸ਼ਾਹ ਨੇ ਆਪਣੀ ਪਤਨੀ ਦੀ ਮੌਤ ਤੋਂ ਬਾਅਦ ਬਣਵਾਇਆ ਸੀ। ਇਹ ਤਾਜ ਮਹਿਲ ਮਹਾਰਾਸ਼ਟਰ ਦੇ ਔਰੰਗਾਬਾਦ 'ਚ ਸਥਿਤ ਹੈ, ਜਿਸ ਨੂੰ ਔਰੰਗਜ਼ੇਬ ਨੇ 1660 ਵਿੱਚ 7 ਲੱਖ ਰੁਪਏ ਦੀ ਕੀਮਤ ਦੇ ਨਾਲ ਬਣਵਾਇਆ ਸੀ। ਦੋਸਤੋ, ਇਸ ਨੂੰ ਬੀਬੀ ਦਾ ਮਕਬਰਾ ਵੀ ਕਿਹਾ ਜਾਂਦਾ ਹੈ, ਜਿਸ ਵਿੱਚ ਔਰੰਗਜ਼ੇਬ ਦੀ ਪਹਿਲੀ ਪਤਨੀ ਦਿਲਰਾਸ ਬਾਨੋ ਬੇਗਮ ਦੀ ਕਬਰ ਮੌਜੂਦ ਹੈ, ਜਿਸ ਦੀ ਮੌਤ 1657 ਵਿੱਚ ਹੋਈ ਸੀ।